ਹੈਲੋ ਐਂਡ ਵੈਲਕਮ ਮਾਈ ਡੀਅਰ ਸਟੂਡੈਂਟਸ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ। ਸੋ ਰਾਜੇ, ਫਾਈਨਲੀ ਜਿਹੜੀ ਆਪਣੀ 11th ਕਲਾਸ ਦੀ ਪ੍ਰੀ ਬੋਰਡ ਇਗਜ਼ਾਮ ਦੀ ਪ੍ਰਿਪਰੇਸ਼ਨ ਚੱਲ ਰਹੀ ਸੀ, ਉਹਦੇ ਵਿੱਚ ਸੈਕਸ਼ਨ ਬੀ 2 ਮਾਰਕਸ ਵਾਲੇ ਕੁਐਸਚਨ ਰਹਿ ਗਏ ਸੀ। ਇਹਦੇ ਵਿੱਚੋਂ ਮੈਨੇ ਕੁਝ ਕੁਐਸਚਨ ਤਾਂ ਟੈਲੀਗ੍ਰਾਮ ਦੇ ਵਿੱਚ ਸ਼ੇਅਰ ਕਰਤੇ ਸੀ, ਬਟ ਮੈਂ ਸੋਚਿਆ ਕਿ ਫਟਾਫਟ ਇੱਕ ਵੀਡੀਓ ਬਣਾ ਦਿੰਦੇ ਹਾਂ, ਸੋ ਦੈਟ ਜੇ ਤੁਹਾਨੂੰ ਟਾਈਮ ਮਿਲਿਆ ਤਾਂ ਦੇਖ ਲਿਓ, ਅਦਰਵਾਈਜ਼ ਤੁਹਾਡੇ ਫਾਈਨਲ ਦੇ ਲਈ ਤਿਆਰ ਕਰ ਲਿਓ। ਸੋ ਰਾਜੇ, ਇਹਦੇ ਵਿੱਚ 4th ਕੁਐਸਚਨ ਹੈ, ਵਿਚ ਟਰਮ ਆਫ ਦ ਸੀਕੁਐਂਸ। ਸਾਨੂੰ ਇੱਕ ਸੀਕੁਐਂਸ ਦਿੱਤਾ, ਉਹਦੀ ਅਸੀਂ ਦੱਸਣਾ ਕਿ ਕਿਹੜੀ ਟਰਮ ਜਿਹੜੀ ਹੈਗੀ ਆ 40-96 ਦੀ ਪਾਵਰ -1 ਹੋਊਗੀ। ਯਾਨੀ ਸਾਡੇ ਕੋਲ ਆਹ ਵਾਲਾ ਕੁਐਸਚਨ ਹੈ, ਵਿਚ ਟਰਮ ਆਫ ਦ ਸੀਕੁਐਂਸ ਦਿਸ ਇਜ਼ 4096 ਰੇਜ਼ ਟੂ ਪਾਵਰ -1। ਹੁਣ ਦੇਖੋ ਰਾਜੇ, ਅਗਰ ਤੁਸੀਂ ਇਸ ਸੀਕੁਐਂਸ ਨੂੰ ਧਿਆਨ ਨਾਲ ਦੇਖੋਗੇ ਤਾਂ ਇਹ ਸੀਕੁਐਂਸ ਜਿਹੜਾ ਹੈਗਾ ਸਾਡੀ ਜੀਪੀ ਬਣ ਰਹੀ ਹੈ। ਦੇਖੋ 1/2 ਹੈ, ਫਿਰ 1/4 ਹੈ, ਤੇ 1/8 ਅਪ ਟੂ ਸੋ ਔਨ। ਇਹ ਜਿਹੜਾ ਸੀਕੁਐਂਸ ਹੈ ਜੀਪੀ ਬਣ ਰਹੀ ਹੈ, ਕਿਉਂ? ਕਿਉਂਕਿ ਇਹਦੀ ਕਾਮਨ ਰੇਸ਼ੋ ਆ ਰਹੀ ਹੈ। ਦੇਖੋ ਕਾਮਨ ਰੇਸ਼ੋ ਕੀ ਹੁੰਦੀ ਹੈ, 1/4 ਅਪੋਨ 1/2, ਯਾਨੀ ਕਿ 1/4 ਇੰਟੂ 2/1। ਜਦੋਂ ਇਹਨੂੰ ਸੋਲਵ ਕੀਤਾ, 2 1 2 2 2 4, ਸੋ ਇੱਥੇ ਆ ਗਿਆ 1/2। ਜਦੋਂ ਤੁਸੀਂ ਇਹਨਾਂ ਦੋਨਾਂ ਦੀ ਕੱਢੋਗੇ ਤਾਂ ਵੀ ਜਿਹੜੀ ਆਰ ਹੈ ਬਰਾਬਰ ਹੀ ਆਊਗੀ। ਸੋ ਦੈਟ ਮੀਨਸ ਇਹ ਤੋਂ ਸਾਨੂੰ ਇਹ ਪਤਾ ਚੱਲਦਾ ਕਿ ਇਹ ਜਿਹੜੀ ਹੈਗੀ ਹੈ ਸਾਡੀ ਕੀ ਫਾਰਮ ਹੋ ਰਹੀ ਹੈ ਰਾਜੇ, ਜੀਪੀ ਫਾਰਮ ਹੋ ਰਹੀ ਹੈ। ਹੁਣ ਇਸ ਬੇਸ ਤੇ ਹੀ ਅਸੀਂ ਕੀ ਕਰਾਂਗੇ, ਪੂਰੇ ਦਾ ਪੂਰਾ ਸੋਲਿਊਸ਼ਨ ਕੱਢਾਂਗੇ। ਗਿਵ ਮੀ ਅ ਸੈਕਿੰਡ, ਆਪਾਂ ਇਹਨੂੰ ਰੇਜ਼ ਕਰ ਦਈਏ। ਹਾਂਜੀ, ਹੁਣ ਰਾਜੇ ਆਪਾਂ ਇਸ ਨੂੰ ਕਿਸ ਤਰੀਕੇ ਨਾਲ ਲਿਖਾਂਗੇ ਕਿ ਜਿਹੜਾ ਸਾਡਾ ਸੀਕੁਐਂਸ ਹੈ ਜੀਪੀ ਦਾ ਬਣ ਰਿਹਾ, ਯਾਨੀ ਕਿ ਸਾਡੇ ਕੋਲ ਪਹਿਲਾਂ ਏ ਹੋਏਗੀ, ਫਿਰ ਸੈਕਿੰਡ ਟਰਮ ਏ ਆਰ ਹੋਏਗੀ, ਫਿਰ ਥਰਡ ਟਰਮ ਏ ਆਰ ਦੀ ਪਾਵਰ 2 ਹੋਏਗੀ। ਇਸ ਤਰੀਕੇ ਨਾਲ ਚੱਲੇਗਾ, ਠੀਕ ਹੈ? ਔਰ ਰਾਜੇ, ਜਿਹੜੀ ਜੀਪੀ ਦੇ ਵਿੱਚ ਸਾਡੀ ਜਰਨਲ ਟਰਮ ਹੁੰਦੀ ਹੈ, ਉਹ ਕੀ ਹੁੰਦੀ ਹੈ ਜੀ? ਜਰਨਲ ਟਰਮ ਨੂੰ ਰਾਜੇ ਅਸੀਂ ਏ ਆਰ ਦੀ ਪਾਵਰ ਐਨ -1 ਨਾਲ ਰੀਪ੍ਰੈਜ਼ੈਂਟ ਕਰਦੇ ਹਾਂ, ਠੀਕ ਹੈ ਜੀ? ਹੁਣ ਰਾਜੇ ਸਾਡੇ ਕੋਲ ਏ ਕੀ ਹੈ? ਦੇਖੋ ਆਹ ਵਾਲੀ ਫਸਟ ਟਰਮ ਹੈ, 1/4 ਸੈਕਿੰਡ ਟਰਮ ਹੈ, 1/8 ਕੀ ਥਰਡ ਟਰਮ ਹੈ। ਸੋ ਦੈਟ ਮੀਨਸ ਸਾਡੇ ਕੋਲ ਏ ਦੀ ਵੈਲਿਊ ਕਿੰਨੀ ਹੈ? 1/2 ਹੈ। ਹੁਣ ਅਸੀਂ ਕੀ ਕਰਦੇ ਹਾਂ, ਰੇਸ਼ੋ ਦੀ ਵੈਲਿਊ ਕੱਢ ਲੈਂਦੇ ਹਾਂ। ਉਹ ਸਾਨੂੰ ਪਤਾ ਆਰ ਦੀ ਵੈਲਿਊ ਕਿਵੇਂ ਕੱਢਦੇ ਹੁੰਦੇ ਹਾਂ ਅਸੀਂ, 1/4 ਡਿਵਾਈਡਡ ਬਾਈ 1/2, ਜਿਵੇਂ ਪਹਿਲਾਂ ਕੱਢ ਕੇ ਆਏ ਸੀ ਸਾਈਡ ਤੇ, ਤੁਹਾਨੂੰ ਸੋਲਵ ਕਰਕੇ ਹਟਾਇਆ ਸੀ 1/4, ਔਰ ਇਹ 2/1 ਹੋ ਜਾਏਗਾ। ਸੋ ਇਹਨੂੰ ਸੋਲਵ ਕਰਾਂਗੇ ਤਾਂ ਸਾਡੇ ਕੋਲ ਆ 2 1 2 2 2 4, ਯਾਨੀ ਕਿ 1/2 ਆ ਜਾਏਗਾ। ਯਾਨੀ ਰਾਜੇ ਸਾਡੇ ਕੋਲ ਏ ਦੀ ਵੈਲਿਊ ਕਿੰਨੀ ਆ ਗਈ ਹੈ, 1/2 ਆ ਚੁੱਕੀ ਹੈ, ਤੇ ਜਿਹੜੀ ਕਾਮਨ ਰੇਸ਼ੋ ਹੈ ਉਹਦੀ ਵੈਲਿਊ ਵੀ ਕੀ ਆ ਚੁੱਕੀ ਹੈ, 1/2 ਆ ਚੁੱਕੀ ਹੈ। ਹੁਣ ਰਾਜੇ ਸਾਡੇ ਕੋਲ ਕੀ ਹੈ ਨਾ, ਇਹਨਾਂ ਨੇ ਸਾਨੂੰ ਕਿਹਾ ਕਿ ਆਹ ਵਾਲੀ ਸਾਡੇ ਕੋਲ ਅਸੀਂ ਲੈ ਕੇ ਚੱਲ ਰਹੇ ਹਾਂ ਕਿ ਇਹ ਸਾਡੇ ਕੋਲ ਐਨਥ ਟਰਮ ਹੈ। ਕਿਹੜੀ ਜੀ? 4096 ਰੇਜ਼ ਟੂ ਪਾਵਰ -1, ਯਾਨੀ ਇਹਨੂੰ ਮੈਂ ਇੱਦਾਂ ਲਿਖ ਸਕਦੀ ਹਾਂ 1/40-96। ਆਪਾਂ ਨੇ ਦੱਸਣਾ ਐਨ ਦੀ ਵੈਲਿਊ ਪਤਾ ਕਰਕੇ ਦੱਸਣੀ ਹੈ। ਕਲੀਅਰ ਹੈ ਜੀ? ਸਾਰਾ ਕੁਝ ਕਲੀਅਰ ਹੋ ਗਿਆ ਹੋਏਗਾ। ਹੁਣ ਬਸ ਆਪਾਂ ਪੁੱਟ ਕਰਾਂਗੇ ਕਿ ਵੀ ਨੋ ਦੈਟ ਜਰਨਲ ਟਰਮ ਆਫ ਜੀਪੀ, ਜਾਂ ਫਿਰ ਐਨਥ ਟਰਮ, ਸੋਰੀ ਐਨਥ ਟਰਮ ਲਿਖ ਲਿਓ, ਐਨਥ ਟਰਮ ਆਫ ਜੀਪੀ। ਐਨਥ ਟਰਮ ਆਫ ਜੀਪੀ ਏ ਐਨ ਇਜ਼ ਇਕੁਅਲਸ ਟੂ ਏ ਆਰ ਦੀ ਪਾਵਰ ਐਨ -1। ਗਿਵ ਮੀ ਅ ਸੈਕਿੰਡ, ਇੱਕ ਸਲਾਈਡ ਐਡ ਕਰ ਲਈਏ, ਇੱਥੇ ਸੋਲਵ ਕਰ ਦਿੰਦੀ ਹਾਂ, ਠੀਕ ਹੈ? ਸੋ ਸਾਡੇ ਕੋਲ ਕੀ ਆ ਗਿਆ ਰਾਜੇ, ਏ ਐਨ ਇਜ਼ ਇਕੁਅਲਸ ਟੂ ਏ ਆਰ ਦੀ ਪਾਵਰ ਐਨ -1। ਹੁਣ ਸਾਡੇ ਕੋਲ ਐਨਥ ਟਰਮ ਕਿਹੜੀ ਹੈ ਰਾਜੇ, 1/40-96। ਮੈਂ ਇਹਨੂੰ ਪੌਨ ਦੀ ਫਾਰਮ 'ਚ ਲਿਖ ਰਹੀ ਹਾਂ। ਇਹ ਸਾਡੇ ਕੋਲ ਫਸਟ ਟਰਮ ਕੀ ਆ ਗਈ ਸੀ, 1/2 ਇੰਟੂ
ਆਰ ਦੀ ਵੈਲਿਊ ਸਾਡੇ ਕੋਲੇ ਕਿੰਨੀ ਆ ਗਈ ਸੀ 1/2 ਦੀ ਪਾਵਰ ਕਿੰਨਾ ਆ ਗਿਆ ਐਨ ਮਾਈਨਸ 1 ਆ ਗਿਆ। ਹੁਣ ਰਾਜੇ ਸਾਨੂੰ ਪਤਾ ਹੈ ਕਿ ਅਗਰ ਏ ਦੀ ਪਾਵਰ ਐਮ ਇੰਟੂ ਏ ਦੀ ਪਾਵਰ ਐਨ ਹੋਵੇ ਯਾਨੀ ਕਿ ਬੇਸ ਇਕੁਅਲ ਹੋਣ ਉਹਨਾਂ ਦੀਆਂ ਪਾਵਰ ਅਲੱਗ ਅਲੱਗ ਹੋਣ ਤਾਂ ਆਪਾਂ ਇਸ ਤਰੀਕੇ ਨਾਲ ਪਾਵਰਸ ਨੂੰ ਐਡ ਕਰ ਸਕਦੇ ਹਾਂ। ਸੋ ਆਪਾਂ ਉਹੀ ਚੀਜ਼ ਇੱਥੇ ਕਰਾਂਗੇ, ਇਧਰਲੀ ਸਾਈਡ ਆਪਾਂ ਨੇ ਕੀ ਕੀਤਾ 1/2 ਦੀ ਪਾਵਰ 1 ਪਲੱਸ ਐਨ ਮਾਈਨਸ 1। ਸੋ ਆਹ 1 ਐਂਡ 1 ਕੱਟਿਆ ਗਿਆ, ਦੈਟ ਮੀਨਸ 1 ਅਪੋਨ 4096 ਇਜ਼ ਇਕੁਅਲਸ ਟੂ 1 ਅਪੋਨ 2 ਦੀ ਪਾਵਰ ਐਨ। ਹੁਣ ਦੇਖੋ ਆਪਾਂ ਇਹਨੂੰ ਲਿਖ ਸਕਦੇ ਹਾਂ 1 ਰੇਸ ਟੂ ਪਾਵਰ ਐਨ ਐਂਡ 2 ਦੀ ਪਾਵਰ ਐਨ। ਹੁਣ 1 ਦੀ ਪਾਵਰ ਜਿੰਨੀ ਮਰਜ਼ੀ ਕਰ ਦਿਓ 1 ਹੀ ਆਏਗਾ, ਉਹਦੇ ਅਪੋਨ ਚ 2 ਦੀ ਪਾਵਰ ਐਨ, ਯਾਨੀ ਸਾਡੇ ਕੋਲ ਇਹ ਕੀ ਬਣ ਗਿਆ 1 ਅਪੋਨ 4096 ਇਜ਼ ਇਕੁਅਲਸ ਟੂ 1 ਅਪੋਨ 2 ਦੀ ਪਾਵਰ ਐਨ। ਹੁਣ ਰਜੇ ਆਪਾਂ ਕੀ ਕਰਾਂਗੇ, ਇਸ 4096 ਨੂੰ 2 ਦੀ ਫਾਰਮ ਚ ਲਿਖਾਂਗੇ। ਅਗਰ ਤੁਹਾਨੂੰ ਨਾ ਪਤਾ ਲੱਗੇ ਤਾਂ ਤੁਸੀਂ 4096 ਨੂੰ ਇਸ ਤਰੀਕੇ ਨਾਲ ਆਪਾਂ ਇਹਦੀ ਪ੍ਰਾਈਮ ਫੈਕਟਰਾਈਜੇਸ਼ਨ ਕਰਾਂਗੇ, ਠੀਕ ਹੈ। 2 to the 4 0, ਫਿਰ 2 4 the 8 ਔਰ ਉਧਰੋਂ ਆਏਗਾ ਇਹ 2 8 16। ਫਿਰ ਇਸ ਤਰੀਕੇ ਨਾਲ ਕਰੋਗੇ ਤਾਂ 2 ਕਿੰਨੇ ਵਾਰੀ ਆਏਗਾ, 12 ਵਾਰੀ ਆਏਗਾ। ਯਾਨੀ ਤੁਸੀਂ ਇੱਥੋਂ ਲਿਖ ਸਕਦੇ ਹੋ 1 ਅਪੋਨ 2 ਦੀ ਪਾਵਰ 12 ਇਜ਼ ਇਕੁਅਲਸ ਟੂ 1 ਅਪੋਨ 2 ਦੀ ਪਾਵਰ ਐਨ। ਇੱਥੋਂ ਰਜੇ ਅਸੀਂ ਕੀ ਕਰਾਂਗੇ, ਪਾਵਰਸ ਨੂੰ ਕੰਪੇਅਰ ਕਰਾਂਗੇ, ਠੀਕ ਹੈ ਜੀ। ਸੋ ਇੱਥੋਂ ਸਾਨੂੰ ਕੀ ਮਿਲੇਗਾ, ਐਨ ਦੀ ਵੈਲਿਊ 12 ਮਿਲ ਜਾਏਗੀ। ਸੋ ਉਹੀ ਸਾਡਾ ਆਂਸਰ ਆ ਗਿਆ। ਇਹਨਾਂ ਨੇ ਸਾਨੂੰ ਪੁੱਛਿਆ ਕੀ ਸੀਗਾ, ਇਹਨਾਂ ਨੇ ਰਜੇ ਸਾਨੂੰ ਇਹ ਚੀਜ਼ ਪੁੱਛੀ ਸੀ ਕਿ ਵਿਚ ਟਰਮ ਆਫ ਦਾ ਸੀਕੁਐਂਸ ਇਜ਼ ਦਿਸ, ਤਾਂ ਅਸੀਂ ਦੱਸਤਾ ਕਿ 12th ਟਰਮ ਜਿਹੜੀ ਆ ਇਸ ਸੀਕੁਐਂਸ ਦੀ ਉਹ 4096 ਰੇਸ ਟੂ ਪਾਵਰ ਮਾਈਨਸ 1 ਹੋਏਗੀ, ਠੀਕ ਹੈ ਜੀ। ਸੋ ਇਸ ਤਰੀਕੇ ਨਾਲ ਤੁਸੀਂ ਇਹਦਾ ਆਂਸਰ ਕਰ ਆਓਗੇ। ਨੈਕਸਟ ਪਾਰਟ ਆ ਜਾਂਦਾ ਰਜੇ, ਐਕਸਪੈਂਡ ਐਕਸ ਮਾਈਨਸ 3/x ਰੇਸ ਟੂ ਪਾਵਰ 5 ਵੇਅਰ ਐਕਸ ਇਜ਼ ਨਾਟ ਇਕੁਅਲਸ ਟੂ 0 ਯੂਜ਼ਿੰਗ ਦ ਬਾਇਨੋਮੀਅਲ ਥਿਊਰਮ, ਜਾਂ ਫਿਰ ਕਮਿਊਟ 99 ਰੇਸ ਟੂ ਪਾਵਰ 6 ਯੂਜ਼ਿੰਗ ਦ ਬਾਇਨੋਮੀਅਲ ਥਿਊਰਮ। ਇਹ ਥੋੜ੍ਹੇ ਜਿਹੇ ਧਿਆਨ ਨਾਲ ਕਰਨ ਵਾਲੇ ਕੁਐਸਚਨ ਹੋਣਗੇ, ਮੈਨੇ ਸਾਰਾ ਇੱਥੇ ਸੋਲਵ ਕੀਤਾ ਹੋਇਆ। ਦੇਖੋ ਸਾਡੀ ਰਜੇ ਜਿਹੜੀ ਬਾਇਨੋਮੀਅਲ ਫਾਰਮ ਹੁੰਦੀ ਹੈ ਉਹ ਕੀ ਹੁੰਦੀ ਹੈ, ਏ ਪਲੱਸ ਬੀ ਰੇਸ ਟੂ ਪਾਵਰ ਐਨ ਐਨ ਸੀ 0, ਠੀਕ ਹੈ, ਏ ਦੀ ਪਾਵਰ ਐਨ, ਫਿਰ ਐਨ ਸੀ 1, ਏ ਦੀ ਪਾਵਰ ਐਨ ਮਾਈਨਸ 1, ਬੀ ਦੀ ਪਾਵਰ 1, ਫਿਰ ਐਨ ਸੀ 2, ਏ ਦੀ ਪਾਵਰ ਐਨ ਮਾਈਨਸ 2, ਬੀ ਰੇਸ ਟੂ ਪਾਵਰ 2, ਇਸ ਤਰੀਕੇ ਨਾਲ ਅੱਗੇ ਚੱਲੀ ਜਾਂਦੀ ਹੈ। ਇਹਦੇ ਵਿੱਚ ਬੇਸਿਕਲੀ ਕੀ ਹੁੰਦਾ ਰਾਜੇ, ਇਹਦੇ ਵਿੱਚ ਅਸੀਂ ਕਿਵੇਂ ਕਰਦੇ ਹੁੰਦੇ ਆ, ਐਨ ਮਾਈਨਸ 0 ਜਿਹੜੀ ਹੈਗੀ ਆ ਉਹ ਏ ਦੀ ਪਾਵਰ ਹੋਈ ਜਾਂਦੀ ਹੈ, ਅਤੇ ਜਿਹੜੀ ਸੀ ਦੇ ਪੈਰਾਂ 'ਚ ਹੁੰਦੀ ਆ ਉਹ ਬੀ ਦੀ ਪਾਵਰ। ਯਾਨੀ ਦੇਖੋ ਜਿਵੇਂ ਆਹ ਐਨ ਸੀ 1 ਹੈ ਤਾਂ ਇਹਦਾ ਡਿਫਰੈਂਸ ਏ ਦੀ ਪਾਵਰ ਹੈ, ਯਾਨੀ ਐਨ ਮਾਈਨਸ 1 ਏ ਦੀ ਪਾਵਰ ਚੱਲੀ ਜਾਊਗੀ, ਔਰ ਜਿਹੜਾ ਕੁਝ ਵੀ ਸੀ ਦੇ ਪੈਰਾਂ 'ਚ ਲਿਖਿਆ ਹੋਇਆਗਾ ਉਹ ਬੀ ਦੀ ਪਾਵਰ 'ਚ ਚੱਲੀ ਜਾਊਗਾ। ਹੁਣ ਰਾਜੇ ਆਪਾਂ ਨੇ ਕੀ ਕੀਤਾ, ਏ ਵਾਲੀ ਫਾਰਮ ਨੂੰ ਇਹਦੇ ਨਾਲ ਕੰਪੇਅਰ ਕੀਤਾ ਤਾਂ ਸਾਨੂੰ ਮਿਲਿਆ ਕਿ ਏ ਜਿਹੜਾ ਹੈਗਾ ਆਹ ਵਾਲੀ ਫਾਰਮੂਲੇ ਵਾਲਾ ਜਿਹੜਾ ਏ ਹੈ ਉਹ ਐਕਸ ਦੇ ਬਰਾਬਰ ਹੈ, ਜਿਹੜੀ ਬੀ ਦੀ ਵੈਲਿਊ ਹੈ ਮਾਈਨਸ 3/5 ਦੇ ਬਰਾਬਰ ਹੈ, ਅਤੇ ਜਿਹੜੀ ਐਨ ਦੀ ਵੈਲਿਊ ਹੈ ਆਹ ਕੌਣ ਹੈ ਐਨ, ਇਹ ਕਿਹਦੇ ਬਰਾਬਰ ਹੈ 5 ਦੇ। ਸੋ ਆਹ ਅਸੀਂ ਨੇ ਫਾਰਮੂਲੇ 'ਤੇ ਇਹਨੂੰ ਕੰਪੇਅਰ ਕਰਕੇ ਲਿਖ ਲਿਆ। ਹੁਣ ਰਾਜੇ ਆਪਾਂ ਨੇ ਕੀ ਕਰਨਾ, ਆਹ ਵਾਲੇ ਫਾਰਮੂਲੇ 'ਚ ਵੈਲਿਊਸ ਪੁੱਟ ਕਰੀ ਜਾਣੀਆਂ ਨੇ, ਯਾਨੀ ਆਹ ਜਿੱਥੇ ਐਨ ਹੈ ਉੱਥੇ 5 ਲਿਖਤਾ, 5C0, ਫਿਰ ਏ ਕੌਣ ਹੈ ਸਾਡੀ ਐਕਸ। ਤੋ ਇਸ ਤਰੀਕੇ ਨਾਲ ਅਸੀਂ ਨੇ ਕੀ ਕੀਤਾ, ਐਕਸ ਦੀ ਪਾਵਰ ਐਨ, ਐਨ ਕੌਣ 5। ਉਸ ਤਰੀਕੇ ਨਾਲ ਰਾਜੇ ਤੁਸੀਂ ਪੂਰਾ ਇਹਨੂੰ ਫਾਰਮੂਲੇ ਦੇ ਵਿੱਚ ਲਿਖ ਲੈਣਾ। ਕਦੋਂ ਤੱਕ ਲਿਖਣਾ, ਇੱਥੇ ਤੱਕ ਲਿਖਣਾ ਜਦੋਂ ਤੱਕ ਸਾਡੇ ਕੋਲ ਪੂਰੇ ਦੀਆਂ ਪੂਰੇ ਕੰਬੀਨੇਸ਼ਨ ਬਣ ਜਾਣਗੇ, 5C5 ਤੱਕ ਲਿਖਣਾ। ਹੁਣ ਰਾਜੇ ਇਹਨੂੰ ਸੋਲਵ ਕਰਾਂਗੇ। ਹੁਣ ਦੇਖੋ ਐਨ ਸੀ ਆਰ ਕਿਹਦੇ ਬਰਾਬਰ ਹੁੰਦਾ, ਮੈਂ ਉੱਪਰ ਲਿਖਿਆ ਹੋਇਆ, ਐਨ ਸੀ ਆਰ ਕਿਹਦੇ ਬਰਾਬਰ ਹੁੰਦਾ, ਐਨ ਫੈਕਟੋਰੀਅਲ ਅਪੋਨ ਆਰ ਫੈਕਟੋਰੀਅਲ ਐਨ ਮਾਈਨਸ ਆਰ ਫੈਕਟੋਰੀਅਲ। ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ ਤਾਂ ਜਿਹੜਾ 5C0 ਹੈ ਇਹ ਸਾਡੇ ਕੋਲ 1 ਦੇ ਬਰਾਬਰ ਆਏਗਾ, ਜਿਹੜਾ 5C1 ਹੈ, ਆ ਦੇਖੋ ਮੈਂ ਤੁਹਾਨੂੰ ਇੱਕ ਸੋਲਵ ਕਰਕੇ ਦਿਖਾ ਦਿੰਦੀ ਹਾਂ, 5C1 ਇਹ ਸਾਡੇ ਕੋਲ ਕਿਵੇਂ ਆਏਗਾ ਰਾਜੇ, 5 ਫੈਕਟੋਰੀਅਲ ਉਹਦੇ ਅਪੋਨ 'ਚ 5 1 ਫੈਕਟੋਰੀਅਲ,
और 5 - 1 की आएगा 4 फैक्टोरियल, इन्हें सॉल्व करेंगे 5 × 4 फैक्टोरियल अपॉन च 4 फैक्टोरियल, तो 4 ना 4 कटिया गया तो साढ़े को किन्ना आ गया 5, 5 आंसर आ गया। ठीक है, सो आह इतने 5 लिखा हुआ है, देखो सारिया वैल्यूज तुम्हें पुट करनी है, जो कटिया जा रहा है उन्होंने कट के तुहे को आह आंसर बन जाएगा, तो उन्होंने कैलकुलेटर अलाउड है, सो आराम सारी कैलकुलेशन करियो। ठीक है, 1 फैक्टोरियल 1 के बराबर ही होंगे। ठीक है जी, उस तो बाद राजे जो नैक्सट क्वेश्चन है 99 raised to power 6, इन भी अभी बायनोमियल थ्योरम कंप्यूट करना है। ठीक है, सो 99 में मैं किमें लिख सकती हूँ, 100 - 1 की पावर 6 लिख सकती हूँ, हम साढ़े को बायनोमियल थ्योरम उही a + b की पावर n, फिर आप पूरी की पूरी इक्वेशन लिखती, इन्हों कंपेयर कर ले। ठीक है, तो साढ़े को ए कि बराबर आ गया 100 के, बी कि बराबर आ गया -1 के, एन कि बराबर आ गया 6 के। देखो आ वैल्यूज पुट करो, आ मैंने साइड से सारिया वैल्यूज कड के दिखा दी ने तुम्हें। ठीक है, कि c6 0, c6 1, c6 2, 6 C3, c6 C4, ये सारे किदे बराबर ने, सारिया वैल्यूज लिखती हैं, उस तो बाद जो इन सॉल्व करोगे तो तुहाडे कोल आह आंसर आ जाएगा, तुहाडे कोल कैलकुलेटर होएगा। एक बार तुसी की करियो 99 नू 6 टाइम्स मल्टीप्लाई करके देख लियो, तो तुहाडे कोल की आ जाएगा, आही वैल्यू आएगी, तो तुहानू मतलब क्लीयर हो जाएगा कि तुहाडा यही आंसर है। और वैसे भी क्योंकि कैलकुलेटर अलाउड ही हुंदा है, तो बाई चांस जे कि आह बच्चे इतने गलती हो जाए तो पहला साइड से 99 नू 6 बारी मल्टीप्लाई करके लिख लियो, जो आऊगा वो इतने आंसर च लिखे आयो। ठीक है जी, ओके नेक्स्ट क्वेश्चन ते चलते हैं। हुण इत्थे राजे सानू की किया गया है, हाउ मैनी फोर डिजिट इवन नंबरस, सानू इत्थे की किया, हाउ मैनी फोर डिजिट इवन नंबरस कैन बी फॉर्मड यूजिंग द डिजिट दिस। देखो असी ने 1, 2, 3, 4 डिजिट इवन नंबरस बनाने ने, की तो बनाने ने 2, 3, 4, 6, 8, 6, 7, 8, 9, आह टोटल किन्निया डिजिट्स ने राजे, यह टोटल साढ़े को 7 डिजिट्स ने। ठीक है, हुण देखो ईवन नंबर बनाउण दे लई ईवन नंबर की कंडीशन होंगी है कि जिहड़ा आह सब तो लास्ट वाली डिजिट होंगी है यह की होंगी है जी 2 नाल डिविजिबल होंगी है, यानी इतने कौन कौन आ सकते, 2 आ सकते, 4 आ सकते, इन्हां दे विचों लिख रही हैं जिहड़ियां आह वालियां ने। ठीक है, इतने कौन कौन आ सकते, 2 आ सकते, 4 आ सकते, 6 आ सकते, या फिर 8 आ सकते, सो दैट मीनस आ जिहड़ा लास्ट वाला खाना है इतने साढ़े को किन्ने जने आ सकते हैं राजे, 4 साढ़े को इतने 4 कॉम्बीनेशन ने। ठीक है जी, हूँ राजे उस तो बाद हूँ देखो टोटल किनिया सी 7 सी, और उन्होंने सानू कहा कि नो डिजिट इज रिपीटड, कोई भी डिजिट रिपीट नहीं करनी। हुण 7 डिजिट दे विचों एक तां असीं इत्थे फिक्स करती, तां बाद चों किन्नियां बच गईआं 6, दैट मीनस इत्थे किन्ने जने आ सकदे आ 6 6 डिजिट्स आ सकदीआं ने, फिर इत्थे किन्नियां आउणगीआं 5, इत्थे किन्नियां आउणगीआं 4, क्योंकि असीं रिपीट नहीं करना, तां क्योंकि ईवन नंबर सी इस लई सब तों पहलां असीं लास्ट वाली नूं जिहड़ा हैगा फिक्स कीता। हुण राजे आपां इहनूं मल्टीप्लाई कर दांगे इस तरीके नाल, और जदों आपां 6 × 5 × 4 × 4 करांगे तां साडे कोल राइट आंसर आ जाऊगा 480, सो इस तरीके नाल साडा राइट आंसर की आ गया 480। ਇਹਦਾ ਮਤਲਬ ਆਹ 7 ਡਿਜਿਟਸ ਨੂੰ ਯੂਜ਼ ਕਰਕੇ ਅਸੀਂ 480 4 ਡਿਜਿਟ ਵਾਲੀਆਂ ਈਵਨ ਨੰਬਰਸ ਬਣਾ ਸਕਦੇ ਹਾਂ। ਨੈਕਸਟ ਕੁਐਸਚਨ, ਫਾਈਂਡ ਦ ਕੋਆਰਡੀਨੇਟ ਆਫ ਦ ਫੋਕਸ ਐਕਸਿਸ ਆਫ ਦ ਪੈਰਾਬੋਲਾ, ਦ ਇਕੁਏਸ਼ਨ ਆਫ ਦ ਡਾਇਰੈਕਟ੍ਰਿਕਸ ਐਂਡ ਦ ਲੈਂਥ ਆਫ ਦ ਲੇਟੈਸਟ ਰੈਕਟਮ ਆਫ ਦ ਪੈਰਾਬੋਲਾ ਐਕਸ ਸਕੇਅਰ। ਸਾਡੇ ਕੋਲ ਕਿਹੜਾ ਪੈਰਾਬੋਲਾ ਰਾਜੇ, ਐਕਸ ਸਕੇਅਰ ਇਜ਼ ਇਕੁਅਲਸ ਟੂ -16y। ਹੁਣ ਰਾਜੇ ਇਹਨੂੰ ਅਸੀਂ ਨੇ ਕਿਵੇਂ ਸੋਲਵ ਕਰਨਾ ਹੈ, ਸਾਨੂੰ ਪਤਾ ਹੈ ਕਿ ਜਿਹੜੀ ਵਾਈ ਹੈ ਉਹ ਨੈਗੇਟਿਵ ਹੈ। ਠੀਕ ਹੈ, ਸਿੰਸ ਵਾਈ ਇਜ਼ ਨੈਗੇਟਿਵ ਸੋ ਪੈਰਾਬੋਲਾ ਇਜ਼ ਡਾਊਨਵਰਡ, ਕਿਉਂਕਿ ਰਾਜੇ ਸਾਡੇ ਕੋਲ ਜਿਹੜੀ ਆਹ ਵਾਈ ਹੈ ਉਹ ਨੈਗੇਟਿਵ ਹੈ, ਤਾਂ ਜਿਹੜਾ ਪੈਰਾਬੋਲਾ ਹੋਏਗਾ ਉਹ ਸਾਡੇ ਕੋਲ ਇਸ ਤਰੀਕੇ ਨਾਲ ਕੀ ਹੋਏਗਾ, ਡਾਊਨਵਰਡ ਹੋਏਗਾ। ਠੀਕ ਹੈ, ਔਰ ਜਿਹੜਾ ਡਾਊਨਵਰਡ ਪੈਰਾਬੋਲਾ ਹੁੰਦੇ ਰਾਜੇ, ਇਹਦੀ ਇਕੁਏਸ਼ਨ ਕੀ ਹੁੰਦੀ ਹੈ ਸਾਡੇ ਕੋਲ, ਐਕਸ ਸਕੇਅਰ ਇਜ਼ ਇਕੁਅਲਸ ਟੂ -4ay ਹੁੰਦੀ ਹੈ। ਠੀਕ ਹੈ, ਆਹ ਸਾਡੇ ਕੋਲ ਇਹਦੀ ਇਕੁਏਸ਼ਨ ਹੁੰਦੀ ਹੈ ਡਾਊਨਵਰਡ ਪੈਰਾਬੋਲਾ ਦੀ, ਸੋ ਇੱਕ ਇਕੁਏਸ਼ਨ ਸਾਡੇ ਕੋਲ ਆ ਪਈ ਹੈ, ਇੱਕ ਇਕੁਏਸ਼ਨ ਸਾਡੇ ਕੋਲ ਆ ਮਿਲ ਗਈ, ਜਦੋਂ ਐਕਸ ਸਕੇਅਰ ਇਹਦੇ ਬਰਾਬਰ ਹੈ ਤਾਂ ਐਕਸ ਸਕੇਅਰ ਇਹਦੇ ਬਰਾਬਰ ਹੈ। ਇੱਥੋਂ ਆਪਾਂ ਕੀ ਕੀਤਾ, ਇਹਨੂੰ ਕੰਪੇਅਰ ਕੀਤਾ, ਜਦੋਂ ਕੰਪੇਅਰ ਕੀਤਾ ਤਾਂ ਸਾਡੇ ਕੋਲ ਕੀ ਆ ਗਿਆ, -4ay ਇਜ਼ ਇਕੁਅਲਸ ਟੂ -16y ਆ ਗਿਆ। ਹੁਣ ਅਸੀਂ ਨੇ ਕੀ ਕੀਤਾ ਰਾਜੇ, ਦੇਖੋ ਮਾਈਨਸ ਨਾਲ ਮਾਈਨਸ ਕੱਟਿਆ ਗਿਆ,
ਇਸ ਤਰੀਕੇ ਨਾਲ y ਨਾਲ y ਕੱਟਿਆ ਗਿਆ ਤਾਂ a ਦੀ ਵੈਲਿਊ ਕਿੰਨੀ ਆ ਗਈ 16 ਬਟੇ 4 ਆ ਗਈ। ਔਰ ਜਦੋਂ ਆਪਾਂ ਇੱਥੇ ਕੱਟਿਆ ਤਾਂ a ਦੀ ਵੈਲਿਊ ਸਾਨੂੰ ਕਿੰਨੀ ਮਿਲ ਗਈ 4 ਮਿਲ ਗਈ। ਠੀਕ ਹੈ, ਔਰ ਇਹਦੇ ਵਿੱਚ ਸਾਰਾ ਕੁਝ a ਦਾ ਹੀ ਖੇਲ ਹੈ। ਅਗਰ a ਦੀ ਵੈਲਿਊ ਪਤਾ ਚੱਲ ਗਈ ਤਾਂ ਅਸੀਂ ਸਾਰਿਆਂ ਦੀਆਂ ਵੈਲਿਊਜ਼ ਕੱਢ ਸਕਦੇ ਹਾਂ। ਸਭ ਤੋਂ ਪਹਿਲਾਂ ਫਾਈਂਡ ਦਾ ਕੋਆਰਡੀਨੇਟ ਆਫ ਦਾ ਫੋਕਸ। ਦੇਖੋ ਕੋਆਰਡੀਨੇਟ ਆਫ ਦਾ ਫੋਕਸ ਕਿਹੜੀ ਕੀ ਹੁੰਦੇ ਨੇ, ਆਹ ਕੀ ਹੁੰਦੇ ਨੇ ਕੋਆਰਡੀਨੇਟ ਆਫ ਦਾ ਫੋਕਸ ਕਿਵੇਂ ਹੁੰਦੇ ਨੇ, 0 ਕੋਮਾ ਮਾਈਨਸ ਦਾ a। ਤਾਂ ਇਹਦ�ا ਮਤਲਬ ਸਾਡੇ ਕੋਲ ਕਿਹੜੇ ਕੋਆਰਡੀਨੇਟਸ ਆ ਜਾਣਗੇ, 0 ਮਾਈਨਸ 4। ਉਸ ਤੋਂ ਬਾਅਦ ਐਕਸਿਸ ਆਫ ਦਾ ਪੈਰਾਬੋਲਾ, ਤਾਂ ਐਕਸਿਸ ਆਫ ਦਾ ਪੈਰਾਬੋਲਾ ਕਿਹਦੇ ਦੇ ਉੱਪਰ ਹੈ, y ਐਕਸਿਸ ਦੇ ਉੱਪਰ ਹੈ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਦਾ ਇਕੁਏਸ਼ਨ ਆਫ ਦਾ ਡਾਇਰੈਕਟ੍ਰਿਕਸ। ਇਕੁਏਸ਼ਨ ਆਫ ਡਾਇਰੈਕਟ੍ਰਿਕਸ ਕੀ ਹੁੰਦੀ ਹੈ ਰਾਜੇ, y ਇਜ਼ ਇਕੁਅਲਸ ਟੂ a ਦੇ ਬਰਾਬਰ ਹੁੰਦੀ ਹੈ। ਦੈਟ ਮੀਨਸ y ਇਜ਼ ਇਕੁਅਲਸ ਟੂ, ਇੱਥੇ a ਦੀ ਵੈਲਿਊ ਕਿੰਨੀ ਆ ਗਈ, 4 ਆ ਗਈ। ਚਾਹੇ ਤੁਸੀਂ ਇਹਨੂੰ ਇਸ ਤਰੀਕੇ ਨਾਲ ਲਿਖ ਦਿਓ, y ਮਾਈਨਸ 4, 4 ਇਜ਼ ਇਕੁਅਲਸ ਟੂ 0। ਇਹ ਕੀ ਮਿਲ ਗਈ, ਇਕੁਏਸ਼ਨ ਆਫ ਦਾ ਡਾਇਰੈਕਟ੍ਰਿਕਸ। ਔਰ ਲਾਸਟ ਤੇ ਲੈਂਥ ਆਫ ਦਾ ਲੇਟੈਸਟ ਰੈਕਟਮ, ਤਾਂ ਜਿਹੜਾ ਆਹ ਲੈਂਥ ਤੁਸੀਂ ਪ੍ਰੋਪਰ ਲਿਖ ਕੇ ਆਓਗੇ। ਠੀਕ ਆ, ਲੈਂਥ ਆਫ ਦਾ, ਇੱਕ ਜਿਹੜੀ ਇਹ ਵੀਡੀਓ ਹੈ ਮੈਂ ਰਾਤ ਦੇ 1 ਵਜੇ ਜਿਹੜੀ ਹੈਗੀ ਸ਼ੂਟ ਕਰ ਰਹੀ ਹਾਂ, ਤਾਂ ਜ਼ਿਆਦਾ ਉੱਚੀ ਆਪਾਂ ਨਹੀਂ ਬੋਲ ਸਕਦੇ, ਸੋ ਇਸ ਲਈ ਥੋੜ੍ਹੀ ਜਿਹੀ ਤੁਹਾਨੂੰ ਆਵਾਜ਼ ਦੀ ਪ੍ਰੋਬਲਮ ਆ ਸਕਦੀ ਹੈ। ਨੈਕਸਟ ਇਜ਼ ਲੈਂਥ ਆਫ ਲੇਟੈਸਟ ਰੈਕਟਮ। ਠੀਕ ਹੈ, ਇਹ ਰਜੇ ਕਿਹਦੇ ਬਰਾਬਰ ਹੁੰਦੀ ਹੈ, ਲੈਂਥ ਆਫ ਦਾ ਲੇਟੈਸਟ ਰੈਕਟਮ ਇਜ਼ 4a। ਹੁਣ ਸਾਡੇ ਕੋਲ a ਦੀ ਵੈਲਿਊ ਕਿੰਨੀ ਹੈ, 4, 4 ਇੰਟੂ 4 ਸਾਡੇ ਕੋਲ ਕਿੰਨਾ ਆ ਜਾਊਗਾ, 16 ਆ ਜਾਊਗਾ। ਸੋ ਇਹ ਸਾਡੇ ਕੋਲ ਪੂਰੇ ਦਾ ਪੂਰਾ ਉਹ ਸੀ, ਬਸ ਸਾਨੂੰ ਮੇਨ ਤਾਂ ਰਜੇ a ਦੀ ਵੈਲਿਊ ਹੀ ਚਾਹੀਦੀ ਸੀ। ਅਗਰ ਸਾਡੇ ਕੋਲ a ਦੀ ਵੈਲਿਊ ਆ ਗਈ ਫਿਰ ਸਾਰਾ ਕੁਝ ਸੋਲਵ ਹੋ ਜਾਊਗਾ। ਹੁਣ a ਦੀ ਵੈਲਿਊ ਬਸ ਕਿਵੇਂ ਆਈ ਹੈ, ਸਾਨੂੰ ਪਤਾ ਚੱਲ ਗਿਆ ਕਿ y ਐਕਸਿਸ ਦੇ ਉੱਪਰ ਹੈ ਔਰ ਨੈਗੇਟਿਵ ਯਾਨੀ ਕਿ ਡਾਊਨਵਰਡ ਹੈ, ਔਰ ਡਾਊਨਵਰਡ ਦੀ ਇਕੁਏਸ਼ਨ ਆ ਹੁੰਦੀ ਹੈ। ਦੋਨਾਂ ਨੂੰ ਕੰਪੇਅਰ ਕੀਤਾ a ਦੀ ਵੈਲਿਊ ਆ ਗਈ, ਬਾਕੀ ਸਾਰਿਆਂ ਦੀਆਂ ਇਕੁਏਸ਼ਨਸ ਪੁੱਟ ਕਰਤੀ ਹਾਂ। ਨੈਕਸਟ ਕੁਐਸਚਨ ਰਜੇ ਸਾਡੇ ਕੋਲ ਕੀ ਹੈ, ਕਹਿੰਦੇ ਫਾਈਂਡ ਦਾ ਇਕੁਏਸ਼ਨ ਆਫ ਦੀ ਐਲਿਪਸ ਹੂਜ਼ ਵਰਟਿਕਸ ਵਰਟਿਸਿਸ ਆਰ ਪਲੱਸ ਮਾਈਨਸ 13 0 ਐਂਡ ਦਾ ਫੋਸੇ ਆਰ ਪਲੱਸ ਮਾਈਨਸ 5 0। ਦੈਟ ਮੀਨਸ ਰਜੇ ਇਹ ਸਾਡੇ ਕੋਲ ਐਲਿਪਸ ਕੁਝ ਇਸ ਤਰੀਕੇ ਦਾ ਬਣੇਗਾ। ਠੀਕ ਹੈ, ਜਿੱਥੇ ਰਜੇ ਆਹ ਵਾਲੇ ਪੁਆਇੰਟਸ ਸਾਡੇ ਕੋਲ ਕੀ ਬਣਨਗੇ, ਇਹ ਸਾਡੇ ਪੁਆਇੰਟਸ ਹੈਗੇ ਨੇ ਮਾਈਨਸ 13 0, ਆਹ ਵਾਲੇ ਪੁਆਇੰਟ ਹੈਗੇ ਨੇ 13 ਤੇ 0। ਇੱਥੇ ਰਜੇ ਸਾਡੇ ਕੋਲ ਜਿਹੜੇ ਇਹਦੇ ਫੋਸਾਈ ਹੋਣਗੇ, ਆਹ ਵਾਲਾ ਫੋਸਾਈ ਕਿੰਨਾ ਆਏਗਾ ਰਜੇ, ਮਾਈਨਸ 5 0, ਔਰ ਇੱਧਰਲਾ ਕਿੰਨਾ ਹੈ ਜੀ, ਪਲੱਸ 5 0। ਹੁਣ ਰਜੇ ਆਪਾਂ ਨੇ ਕੀ ਕਰਨਾ, ਇਕੁਏਸ਼ਨ ਪਤਾ ਕਰਨੀ ਹੈ। ਠੀਕ ਹੈ, ਸਿੰਸ ਦਾ ਵਰਟਿਸਿਸ ਆਰ ਔਨ ਦਾ ਐਕਸ ਐਕਸਿਸ, ਕਿਉਂਕਿ ਦੇਖੋ ਵਾਈ ਦੀ ਵੈਲਿਊ ਤਾਂ 0 ਹੈ, ਵਰਟਿਸਿਸ ਕਿਹਦੇ ਨੇ, ਐਕਸ ਐਕਸਿਸ ਦੇ ਉੱਪਰ ਨੇ, ਸੋ ਦਾ ਇਕੁਏਸ਼ਨ ਵਿਲ ਬੀ ਆਫ ਦਾ ਫਾਰਮ। ਦੇਖੋ ਤੁਸੀਂ ਇੱਥੇ ਕੀ ਲਿਖੋਗੇ ਕਿ ਸਿੰਸ ਦਾ ਵਰਟਿਸਿਸ ਆਰ ਔਨ ਦੀ ਐਕਸ ਐਕਸਿਸ, ਦਾ ਇਕੁਏਸ਼ਨ ਵਿਲ ਬੀ ਆਫ ਦਾ ਫਾਰਮ, ਕਿਹੜੀ ਫਾਰਮ ਦੀ ਹੋਏਗੀ ਰਾਜੇ, ਐਕਸ ਸਕੇਅਰ ਅਪੋਨ ਏ ਸਕੇਅਰ ਪਲੱਸ ਵਾਈ ਸਕੇਅਰ ਅਪੋਨ ਬੀ ਸਕੇਅਰ ਇਜ਼ ਇਕੁਅਲਸ ਟੂ 1। ਠੀਕ ਹੈ, ਹੁਣ ਰਾਜੇ ਸਾਨੂੰ ਦਿੱਤਾ ਕੀ ਹੋਇਆ ਕਿ ਜਿਹੜੀ a ਦੀ ਵੈਲਿਊ ਹੈ, ਆਹ ਸਾਡੇ ਕੋਲ ਕੀ ਹੁੰਦਾ, a ਦਾ ਡਿਸਟੈਂਸ ਹੁੰਦਾ। ਠੀਕ ਹੈ, ਆਹ ਵਾਲਾ ਪੁਆਇੰਟ ਹੈਗਾ a 0, ਆਹ ਵਾਲਾ ਪੁਆਇੰਟ ਹੈਗਾ ਮਾਈਨਸ a 0। ਤਾਂ ਰਾਜੇ ਇੱਥੋਂ ਸਾਡੇ ਕੋਲ a ਦੀ ਵੈਲਿਊ ਕਿੰਨੀ ਆ ਜਾਊਗੀ, a ਦੀ ਵੈਲਿਊ 13 ਆ ਜਾਊਗੀ, ਤੇ ਜਿਹੜਾ c ਹੈ ਰਾਜੇ ਉਹਦੀ ਵੈਲਿਊ ਕਿੰਨੀ ਆ ਜਾਊਗੀ, 5 ਆ ਜਾਊਗੀ, ਬਿਕੋਜ਼ ਆਹ ਵਾਲੀ ਵੈਲਿਊ ਕਿਹਦੀ ਹੁੰਦੀ ਹੈ, c 0, ਔਰ ਆਹ ਵਾਲੀ ਹੁੰਦੀ ਹੈ ਮਾਈਨਸ c 0। ਠੀਕ ਹੈ, ਤਾਂ c ਦੀ ਵੈਲਿਊ ਕਿੰਨੀ ਆ ਗਈ, 5 ਆ ਗਈ। ਸੋ ਸਾਡੇ ਕੋਲ ਰਾਜੇ ਇੱਕ ਰਿਲੇਸ਼ਨ ਹੁੰਦਾ, ਕੀ ਰਿਲੇਸ਼ਨ ਹੁੰਦਾ, ਦੈਟ c ਸਕੁਅਰ ਇਜ਼ ਇਕੁਅਲਸ ਟੂ a ਸਕੁਅਰ ਮਾਈਨਸ b ਸਕੁਅਰ। ਹੁਣ c ਸਕੁਅਰ ਯਾਨੀ c ਦੀ ਵੈਲਿਊ ਹੈਗੀ ਹੈ 5, ਯਾਨੀ 5ੋਂ 5 25 ਇਜ਼ ਇਕੁਅਲਸ ਟੂ a ਸਕੁਅਰ, ਯਾਨੀ 13 ਨੂੰ ਸਕੁਅਰ ਕੀਤਾ 169, ਮਾਈਨਸ ਕਿੰਨਾ ਆ ਗਿਆ b ਸਕੁਅਰ। ਇੱਥੋਂ ਰਜੇ ਅਸੀਂ ਸੋਲਵ ਕਰਾਂਗੇ ਤਾਂ ਜਿਹੜੀ ਸਾਡੇ ਕੋਲ b ਦੀ ਵੈਲਿਊ ਹੈ ਉਹ ਕਿੰਨੀ ਆ ਜਾਊਗੀ, 12 ਆ ਜਾਊਗੀ। ਬਸ ਹੁਣ ਇੰਨੀ ਕੁ ਗੱਲ ਸੀ, ਹੁਣ ਸਾਡੇ ਕੋਲ ਇਕੁਏਸ਼ਨ ਆਫ ਦ ਐਲਿਪਸ ਕਿੰਨੀ ਬਣ ਜਾਊਗੀ, x ਸਕੁਅਰ ਅਪੋਨ a ਸਕੁਅਰ। ਦੇਖੋ a ਸਾਡੇ ਕੋਲ ਕਿੰਨਾ, 13, ਯਾਨੀ ਕਿ 169 ਪਲੱਸ y ਸਕੁਅਰ
ਅਪੋਨ ਯਾਨੀ ਜਿਹੜੀ ਆਹ ਅਸੀਂ ਇਕੁਏਸ਼ਨ ਲਿਖੀ ਹੈ, ਇੱਥੇ ਅਸੀਂ ਨੇ ਏ ਅਤੇ ਬੀ ਦੀਆਂ ਵੈਲਿਊਜ਼ ਪੁੱਟ ਕਰ ਦੇਣੀਆਂ ਨੇ। ਬੀ ਸਕੇਅਰ ਸਾਡੇ ਕੋਲ ਕਿੰਨਾ ਆ ਗਿਆ, ਬਾਹਰੋਂ ਬਾਰੀ ਹੈ 144। ਸੋ ਰਾਜੇ ਇਹ ਸਾਡੇ ਕੋਲ ਕਿੰਨਾ ਆ ਗਿਆ, ਆਂਸਰ ਆ ਗਿਆ। ਵੈਰੀ ਗੁੱਡ। ਬਸ ਹੁਣ ਲਾਸਟ ਕੁਐਸਚਨ ਰਹਿ ਗਿਆ ਸਾਡਾ। ਸੋ ਦੇਖੋ ਆਹ ਹੋ ਗਿਆ ਸਾਡਾ, ਆਹ ਵੀ ਹੋ ਗਿਆ, ਇਹ ਹੋ ਗਿਆ, ਇਹ ਹੋ ਗਿਆ, ਇਹ ਹੋ ਗਿਆ, ਔਰ ਇਹ ਵਾਲਾ ਹੋ ਗਿਆ। ਹੁਣ ਨੈਕਸਟ ਕੁਐਸਚਨ ਰਹਿ ਗਿਆ ਸਾਡੇ ਕੋਲ, ਕਹਿੰਦੇ ਆ ਡਾਈਸ ਹੈਜ਼ ਟੂ ਫੇਸਿਸ, ਈਚ ਵਿਦ ਨੰਬਰ 1, 3 ਫੇਸਿਸ ਈਚ ਵਿਦ ਨੰਬਰ 2 ਐਂਡ 1 ਫੇਸ ਵਿਦ ਨੰਬਰ 3, ਅ ਡਾਈਸ ਇਜ਼ ਰੋਲਡ ਵਾਂਸ ਡਿਟਰਮਾਈਨ ਦਿਸ। ਦੇਖੋ ਸਾਡੇ ਕੋਲ ਰਾਜੇ ਡਾਈਸ ਹੁੰਦੀ ਹੈ, ਠੀਕ ਹੈ, ਉਸ ਡਾਈਸ ਦੇ ਵਿੱਚ ਸਾਡੇ ਕੋਲ ਇਸ ਤਰੀਕੇ ਨਾਲ 6 ਪਾਸੇ ਹੁੰਦੇ ਆ, 1 2 3 4 5 6। ਉਹਤੇ ਕੀ ਹੁੰਦਾ, 1 2 3 4 5 6 ਲਿਖਿਆ ਹੁੰਦਾ, ਲੇਕਿਨ ਇਸ ਡਾਈਸ ਦੇ ਉੱਪਰ ਕੀ ਆ, ਅ ਡਾਈਸ ਹੈਜ਼ ਟੂ ਫੇਸਿਸ ਈਚ ਵਿਦ ਨੰਬਰ 1, ਯਾਨੀ ਦੋ ਪਾਸਿਆਂ ਤੇ ਤਾਂ ਇੱਕ ਨੰਬਰ ਲਿਖਿਆ ਹੋਇਆ, 3 ਫੇਸਿਸ ਦੇ ਉੱਪਰ 2 ਲਿਖਿਆ ਹੋਇਆ, ਯਾਨੀ 3 ਪਾਸਿਆਂ ਦੇ ਉੱਪਰ 2 ਨੰਬਰ ਲਿਖਿਆ ਹੋਇਆ, ਤੇ ਜਿਹੜਾ ਇੱਕ ਫੇਸ ਰਹਿ ਗਿਆ ਉਹਤੇ ਕਿੰਨਾ ਲਿਖਿਆ ਹੋਇਆ, 3 ਲਿਖਿਆ ਹੋਇਆ। ਸਭ ਤੋਂ ਪਹਿਲਾਂ ਇਹਨਾਂ ਨੇ ਪੁੱਛਿਆ ਕਿ ਪ੍ਰੋਬੇਬਿਲਿਟੀ ਆਫ 2, ਕਿ 2 ਆਉਣ ਦੀ ਪ੍ਰੋਬੇਬਿਲਿਟੀ ਕਿੰਨੀ ਹੋਏਗੀ। ਸੋ ਰਾਜੇ 2 ਆਉਣ ਦੀ ਪ੍ਰੋਬੇਬਿਲਿਟੀ ਆਪਾਂ ਕੱਢ ਸਕਦੇ ਹਾਂ, ਦੇਖੋ ਸਾਡੇ ਕੋਲ ਉੱਪਰ ਕੀ ਹੁੰਦੇ ਨੇ, ਫੇਵਰੇਬਲ ਆਊਟਕਮ। ਤਾਂ ਫੇਵਰੇਬਲ ਦੇਖੋ 2 ਕਿੰਨੀ ਵਾਰੀ ਆ ਸਕਦਾ, 2 3 ਵਾਰੀ ਆ ਸਕਦਾ। ਸੋ 3 ਅਪਾਨ ਟੋਟਲ ਕਿੰਨੀ ਆਊਟਕਮਸ ਨੇ, 6। ਤੋ 3 ਬਾਈ 6 ਕਿੰਨਾ ਹੋ ਗਿਆ, 3 1 ਦਾ 3, 3 2 ਦਾ 6, ਯਾਨੀ ਕਿ ਪ੍ਰੋਬੇਬਿਲਿਟੀ 2 ਆਉਣ ਦੀ ਕਿੰਨੀ ਹੈ, 1 ਬਾਈ 2 ਹੈ। ਉਸ ਤੋਂ ਬਾਅਦ ਸਾਨੂੰ ਕਹਿੰਦੇ ਪ੍ਰੋਬੇਬਿਲਿਟੀ ਨੋਟ 3, ਪ੍ਰੋਬੇਬਿਲਿਟੀ ਨੋਟ 3, ਯਾਨੀ ਕਹਿੰਦੇ 3 ਨਹੀਂ ਆਉਣਾ ਚਾਹੀਦਾ, 3 ਨਹੀਂ ਆਉਣਾ ਚਾਹੀਦਾ, ਯਾਨੀ ਕਿ ਬਾਕੀ ਸਾਰੇ ਆਉਣੇ ਚਾਹੀਦੇ ਨੇ, ਔਰ ਬਾਕੀ ਸਾਰੇ ਆਉਣ ਦੇ ਕਿੰਨੇ ਚਾਂਸਸ ਨੇ, 5 ਵਾਰੀ ਆ ਸਕਦੇ ਨੇ। ਸੋ 5 ਅਪੋਨ ਕਿੰਨਾ ਆ ਗਿਆ, 6 ਆ ਗਿਆ। ਜਾਂ ਫਿਰ ਤੁਸੀਂ ਕੀ ਕੱਢ ਲਓ, ਅਗਰ ਤੁਸੀਂ ਇਸ ਤਰੀਕੇ ਨਾਲ ਨਹੀਂ ਕੱਢਣਾ, ਸੋ ਇਸ ਤਰੀਕੇ ਨਾਲ ਜੇ ਆਪਾਂ ਡਾਇਰੈਕਟ ਕੱਢ ਸਕਦੇ ਹਾਂ, ਜਾਂ ਫਿਰ ਆਪਾਂ ਕੀ ਕਰਦੇ ਹਾਂ, 3 ਆਉਣ ਦੀ ਪ੍ਰੋਬੇਬਿਲਿਟੀ ਪਤਾ ਕਰ ਲਓ। ਦੇਖੋ ਇਹਨੂੰ ਕੱਢਣ ਦਾ ਤਰੀਕਾ ਮੈਂ ਤੁਹਾਨੂੰ ਦੋ ਤਰੀਕੇ ਦੱਸ ਰਹੀ ਹਾਂ, ਜਾਂ ਤਾਂ ਪ੍ਰੋਬੇਬਿਲਿਟੀ ਔਰ ਨੋਟ 3 ਡਾਇਰੈਕਟਲੀ ਕੱਢ ਲਓ ਕਿ 3 ਨਹੀਂ ਆਉਣਾ ਹੈਗਾ, ਅਗਰ 3 ਨਹੀਂ ਆਇਆ ਤਾਂ ਆ 5 ਆ ਸਕਣਗੇ, ਸੋ 5/6 ਆ ਗਿਆ। ਜਾਂ ਫਿਰ ਕੀ ਕਰੋ, ਪਹਿਲਾਂ 3 ਆਉਣ ਦੀ ਪ੍ਰੋਬੇਬਿਲਿਟੀ ਕੱਢ ਲਓ। ਦੇਖੋ 3 ਆਉਣ ਦੀ ਪ੍ਰੋਬੇਬਿਲਿਟੀ ਕੀ ਆ, 3 ਕਿੰਨੇ ਪਾਸੇ ਲਿਖਿਆ ਹੋਇਆ, 1 ਪਾਸੇ ਲਿਖਿਆ ਹੋਇਆ, ਤੋ 1/6। ਹੁਣ ਪ੍ਰੋਬੇਬਿਲਿਟੀ ਆਫ ਨੋਟ 3 ਸਾਨੂੰ ਪਤਾ ਕਿੰਨੀ ਹੁੰਦੀ ਆ, 1 ਦੇ ਵਿੱਚੋਂ ਪ੍ਰੋਬੇਬਿਲਿਟੀ ਆਫ ਉਹ ਮਾਈਨਸ ਕਰ ਦਾਂਗੇ, 1/6। ਤੋਂ ਇਹ ਸਾਡੇ ਕੋਲ ਕਿੰਨਾ ਆ ਗਿਆ, 5/6। ਤੋਂ ਇਸ ਤਰੀਕੇ ਨਾਲ ਸਾਡੇ ਕੋਲ ਆਂਸਰ ਆ ਜਾਣਗੇ। ਹੁਣ ਰਾਜੇ ਲਾਸਟ ਕੁਐਸਚਨ ਤੇ ਚੱਲਦੇ ਹਾਂ। ਫਾਈਂਡ ਦਾ ਪ੍ਰੋਬੇਬਿਲਿਟੀ ਦੈਟ ਵੈਨ ਅ ਹੈਂਡ ਆਫ 8 ਕਾਰਡ ਇਜ਼ ਡਰਾਨ ਫਰਮ ਅ ਵੈਲ ਸ਼ਫਲ ਡੈਕ ਆਫ 52 ਕਾਰਡ, ਇਟ ਕੰਟੇਨ ਆਲ ਕਿੰਗਸ। ਦੇਖੋ ਕਹਿੰਦੇ ਸਾਡੇ ਕੋਲ ਆਪਣੇ ਕੋਲ ਤਾਸ਼ ਦੇ ਪੱਤੇ ਕਿੰਨੇ ਹੁੰਦੇ ਆ, 52। ਆਪਾਂ ਉਹਦੇ ਵਿੱਚੋਂ 8 ਵਾਰੀ ਪੱਤੇ ਕੱਢਣੇ ਨੇ, ਹਨਾ, 8 ਆਪਾਂ ਉਹਦੇ ਵਿੱਚ 8 ਵਾਰੀ ਆਪਾਂ ਉਹ ਚੂਜ਼ ਕੀਤਾ, ਤਾਂ ਕਿੰਨੇ ਵਾਰੀ ਸਾਡੇ ਕੋਲ ਕਿੰਗ ਆਊਗਾ, ਠੀਕ ਹੈ। ਤਾਂ ਇਹਨੂੰ ਰਾਜੇ ਆਪਾਂ ਕਿਵੇਂ ਸੋਲਵ ਕਰਾਂਗੇ, ਇਹ ਵੈਸੇ ਤੁਹਾਡੀ ਐਗਜ਼ਾਮਪਲ ਹੈ, ਬਸ ਉੱਥੇ 7 ਲਿਖਿਆ ਹੋਇਆ, ਇੱਥੇ 8 ਹੈ, ਔਰ 8 ਨਾਲ ਥੋੜੀ ਜਿਹੀ ਕੈਲਕੂਲੇਸ਼ਨ ਇਹਦੀ ਟਫ ਹੋਊਗੀ, ਠੀਕ ਹੈ। ਸੋ ਆਪਾਂ ਲਿਖਾਂਗੇ ਇੱਥੇ ਟੋਟਲ ਨੰਬਰ ਆਫ ਪੋਸੀਬਲ ਹੈਂਡਸ ਇਜ਼ ਇਕੁਅਲਸ ਟੂ, ਟੋਟਲ ਕਿੰਨੇ ਨੇ, 52। 52 ਦੇ ਵਿੱਚੋਂ 8 ਵਾਰੀ ਅਸੀਂ ਨੇ ਚੂਜ਼ ਕਰਨਾ, ਪਰ ਇਹਨੂੰ ਦੇਖੋ ਸੋਲਵ ਕਰਨਾ ਸਾਨੂੰ ਆਉਂਦਾ। ਕਿਵੇਂ ਸੋਲਵ ਕਰਦੇ ਹੁੰਦੇ ਆ, ਉੱਪਰ 52 ਫੈਕਟੋਰੀਅਲ, ਥੱਲੇ 8 ਫੈਕਟੋਰੀਅਲ, ਔਰ 52 ਮਾਈਨਸ 8 ਫੈਕਟੋਰੀਅਲ, ਠੀਕ ਹੈ। ਉਸ ਤੋਂ ਬਾਅਦ ਰਾਜੇ ਨੈਕਸਟ ਸਾਡੇ ਕੋਲ ਕੀ ਆਏਗਾ, ਨੰਬਰ ਆਫ ਹੈਂਡਸ ਵਿਦ 4 ਕਿੰਗਸ। ਦੇਖੋ ਕਿੰਗ ਸਾਡੇ ਕੋਲ ਇਹਨਾਂ ਨੇ ਕੀ ਕਿਹਾ, ਕੰਟੇਨ ਆਲ ਕਿੰਗ, ਔਰ ਸਾਡੇ ਕੋਲ ਕਿੰਗ ਕਿੰਨੇ ਹੁੰਦੇ ਨੇ, 4 ਹੁੰਦੇ ਨੇ। ਤਾਂ ਯਾਨੀ ਕਿ ਸਾਡੇ ਕੋਲ 4 ਵਾਰੀ ਅਸੀਂ ਨੇ ਕੀ ਕੱਢ ਲਏ, ਕਿੰਗ ਕੱਢ ਲਏ, ਇੰਟੂ। ਹੁਣ ਦੇਖੋ 52 ਦੇ ਵਿੱਚੋਂ, ਧਿਆਨ ਨਾਲ ਸਮਝਿਓ, 52 ਦੇ ਵਿੱਚੋਂ 4 ਤਾਂ ਅਸੀਂ ਕੱਢ ਚੁੱਕੇ ਹਾਂ, ਯਾਨੀ ਕਿੰਨੇ ਰਹਿ ਗਏ, 48 ਰਹਿ ਗਏ। ਔਰ ਦੇਖੋ ਟੋਟਲ ਅਸੀਂ ਕਿੰਨੇ ਵਾਰੀ ਕੱਢਣਾ, 8 ਵਾਰੀ ਕੱਢਣਾ, ਔਰ 4 ਵਾਰੀ ਕੱਢ ਚੁੱਕੇ ਹਾਂ, ਸੋ ਦੈਟ ਮੀਨਸ ਕਿੰਨੇ ਰਹਿ ਗਏ, 4। ਸੋ ਇੱਥੇ ਕਿੰਨਾ ਰਹਿ ਗਿਆ, 48 ਸੀ 4। ਹੁਣ ਰਾਜੇ ਅਸੀਂ ਨੇ ਕੀ ਕਰਨੀ ਹੈ, ਪ੍ਰੋਬੇਬਿਲਿਟੀ। ਸੋ ਜਿਹੜੀ ਪ੍ਰੋਬੇਬਿਲਿਟੀ ਆਏਗੀ ਸਾਡੇ ਕੋਲ, ਉਹ ਕਿਹਦੇ ਬਰਾਬਰ ਆਏਗੀ, ਸੋ ਰਾਜੇ ਜਿਹੜੀ ਪ੍ਰੋਬੇਬਿਲਿਟੀ ਆਏਗੀ ਕਿ ਅ ਹੈਂਡ ਵਿਲ ਹੈਵ 4 ਕਿੰਗਸ,
ਉਹ ਰਜੇ ਸਾਡੇ ਕੋਲ ਆ ਜਾਏਗੀ। ਪੋਸੀਬਲ ਆਊਟਕਮਸ ਆ ਵਾਲੀਆਂ ਨੇ 4C4 × 48C4 / 52C8। ਇਹਨੂੰ ਸੋਲਵ ਕਰੋਗੇ ਤੁਹਾਡੇ ਕੋਲ ਆਂਸਰ ਆ ਜਾਏਗਾ। ਇਹਦੀ ਕੈਲਕੂਲੇਸ਼ਨ ਰਜੇ ਥੋੜ੍ਹੀ ਜਿਹੀ ਲੰਬੀ ਜਾਊਗੀ, ਬਟ ਤੁਹਾਨੂੰ ਪੇਪਰ ਦੇ ਵਿੱਚ 8 ਨਹੀਂ ਆਉਂਦਾ, ਪੇਪਰ 'ਚ ਤੁਹਾਨੂੰ 7 ਹੀ ਆਊਗਾ। ਠੀਕ ਹੈ, ਸੋ ਬਸ ਜਿੱਥੇ ਜਿੱਥੇ 8 ਹੈ ਉਹਦੇ ਹਿਸਾਬ ਨਾਲ 7 ਵਾਲੇ ਆਂਸਰਸ ਕੱਢ ਲਿਓ। ਸੋ ਆਈ ਹੋਪ ਰਜੇ ਤੁਹਾਨੂੰ ਇਹ ਸਾਰੇ ਸਮਝ ਲੱਗ ਗਏ ਹੋਣਗੇ। ਸੋ ਆਪਣੇ 2 ਮਾਰਕਸ ਵਾਲੇ ਕੰਪਲੀਟ ਹੁੰਦੇ ਨੇ। ਜਿਨ੍ਹਾਂ ਨੇ ਪਹਿਲਾਂ ਵਾਲੀਆਂ ਵੀਡੀਓਜ਼ ਨਹੀਂ ਦੇਖੀਆਂ, ਆਈ ਬਟਨ 'ਤੇ ਕਲਿੱਕ ਕਰਕੇ ਤੁਸੀਂ ਉਹ ਵੀਡੀਓਜ਼ ਦੇਖ ਸਕਦੇ ਹੋ। ਥੈਂਕ ਯੂ ਸੋ ਮਚ ਫੋਰ ਵਾਚਿੰਗ ਦਿਸ ਵੀਡੀਓ ਐਂਡ ਗੋਡ